ਤੇ ਦੂਰ ਕਿੰਨਾ ਪੈ ਗਿਆ ਜੀ ਤੁਹਾਨੂੰ 350 350 ਕਿਲੋਮੀਟਰ ਪੈ ਗਿਆ 350 350 ਕਿਲੋਮੀਟਰ ਗੱਡੀ ਤੇ ਆਏ ਨੇ ਬਾਈ ਉਹ ਖੜੀ ਗੱਡੀ ਪੈਕ ਵਗੈਰਾ ਹੋ ਗਿਆ ਬੀਜ ਤੇ ਉਹ ਗੱਡੀ ਚ ਤੇ ਅੱਜ ਖੜੇ ਹਾਂ ਜੀ ਮਾਨਸਾ ਜ਼ਿਲ੍ਹੇ ਦਾ ਲਾਸਟ ਪਿੰਡ ਪਿੰਡ ਲਵਾਰ ਖੇੜਾ ਤੇ ਜਿੱਥੇ ਕਿ ਐਸ ਐਮ ਕੇ ਐਗਰੋ ਦੀ ਫੈਕਟਰੀ ਹੈ ਤੇ ਥੋੜੇ ਦਿਨ ਪਹਿਲਾਂ ਵੀਡੀਓ ਕਰਕੇ ਗਿਆ ਸੀ ਕ੍ਰੋਪ ਇਨਫੋਰਮੇਸ਼ਨ ਵਾਲਾ ਤੇ ਬਾਈ ਦੀ ਵੀਡੀਓ ਦੇਖ ਕੇ ਇੱਥੇ ਬੀਜ ਲੈਣ ਆਏ ਨੇ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਹੋਰ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਤੁਸੀਂ ਨਾ ਵਧੀਆ ਜੀ ਕੀ ਨਾਮ ਹੈ ਇਹ ਆਪਣਾ ਮੇਰਾ ਨਾਮ ਸ਼ੇਖਰ ਸ਼ਰਮਾ ਹੈ ਅੱਛਾ ਜੀ ਤੇ ਆਪਾਂ ਕਿੱਥੋਂ ਆ ਵੀਰੇ ਮੈਂ ਪਿੰਡ ਬਈ ਪਡੋਲੀਆਂ ਕਲਾਂ ਡਿਸਟ੍ਰਿਕਟ ਹੁਣਾ ਮਾਚਲ ਤੋਂ ਹਮਾਚਲ ਪ੍ਰਦੇਸ਼ ਤੋਂ ਹਾਂਜੀ ਤੇ ਵੀਡੀਓ ਵੇਖ ਕੇ ਯਕੀਨ ਹੋ ਗਿਆ ਜੀ ਤੁਹਾਨੂੰ ਵੀ ਹਾਂ ਯਕੀਨ ਹੋ ਗਿਆ ਸੀ ਦੋ ਚਾਰ ਹੋਰ ਵੀਡੀਓ ਵੀ ਦੇਖੀਆਂ ਪਰ ਜਿਹੜਾ ਐਸ ਐਮ ਕੇ ਦਾ ਥਾ ਹਾਂ ਜੀ ਬੀ ਕੁਆਲਿਟੀ ਸਾਨੂੰ ਵਧੀਆ ਲੱਗੀ ਜੇ ਮੈਂ ਫੋਨ ਕਰਕੇ ਪੁੱਛਿਆ ਸੀ ਅੰਕਲ ਨੂੰ ਤੇ ਉਹਨੇ ਸਭ ਕੁਝ ਦੱਸਿਆ ਸਾਨੂੰ ਜੇ ਮੈਂ ਗੱਲ ਕਰਾਂ ਵੀਰੇ ਹੁਣ ਬੀਜ ਤੁਸੀਂ ਲੈ ਕੇ ਜਾ ਰਹੇ ਜੀ ਕਣਕ ਦਾ ਕਿਹੜੇ ਬੀਜ ਲੈ ਕੇ ਜਾ ਰਹੇ ਜੀ ਅਸੀਂ ਐਚ ਡੀ 3386 ਏ ਪੀ ਬੀ ਡਬਲ 826 ਠੀਕ ਹੈ ਜੀ 826 ਬੀਜ ਦੀ ਕੁਆਲਿਟੀ ਤੁਹਾਨੂੰ ਕਿਵੇਂ ਲੱਗੀ ਵਧੀਆ ਕੁਆਲਿਟੀ ਹੈ ਬੀ ਤਾਂ ਮਨ ਲਗੀ ਸਾਡੇ ਏਰੀਆ ਚ ਵੀ ਹੈ ਬਟ ਇਦਾਂ ਦੀ ਕੁਆਲਿਟੀ ਮਨ ਲਗੀ ਉੱਥੇ ਹੈ ਨਹੀਂ ਇਹ ਚੀਜ਼ ਦੀ ਅੱਛਾ ਉੱਥੇ ਹੈ ਨਹੀਂ ਇਦਾਂ ਦੀ ਕੁਆਲਿਟੀ ਕੁਆਲਿਟੀ ਵਾਈਸ ਤੁਹਾਨੂੰ ਬੀ ਵੀ ਵਿਖਾ ਦਿੰਨੇ ਆ ਆ ਪੈਕ ਪੈਕਿੰਗ ਹੋ ਰਿਹਾ ਦੇਖ ਲਓ ਜੀ ਕੁ ਤੇ ਹਰ ਇੱਕ ਤਰ੍ਹਾਂ ਦਾ ਬੀਜ ਜਿਹੜਾ ਉਪਲਬਧ ਹੈ ਬਾਕੀ ਬਾਈ ਕਰਕੇ ਗਿਆ ਸੀ ਬਾਈ ਦੀ ਵੀਡੀਓ ਦੇਖ ਕੇ ਨਹੀਂ ਦੂਰ ਆਏ ਨੇ ਤੇ ਦੂਰ ਕਿੰਨਾ ਪੈ ਗਿਆ ਜੀ ਤੁਹਾਨੂੰ 300 350 ਕਿਲੋਮੀਟਰ ਪੈ ਗਿਆ 300 350 ਕਿਲੋਮੀਟਰ ਗੱਡੀ ਤੇ ਆਏ ਨੇ ਬਾਈ ਉਹ ਖੜੀ ਗੱਡੀ ਪੈਕ ਵਗੈਰਾ ਹੋ ਗਿਆ ਬੀਜ ਤੇ ਉਹ ਗੱਡੀ ਚ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਜੀ ਬਾਕੀ ਬਾਈ ਦੀ ਫੀਡਬੈਕ ਇਸੇ ਲਈ ਲਈ ਸੀ ਕਿਉਂਕਿ ਬਾਈ ਵੀਡੀਓ ਦੇਖ ਕੇ 300 ਕਿਲੋਮੀਟਰ ਆ ਗਿਆ ਹੋਰ ਕਿਸ ਨੇ ਲੈਣਾ ਨੰਬਰ ਸਕਰੀਨ ਤੇ ਚਾਲੂ ਹੈ ਜੀ ਵੀਡੀਓ ਨੂੰ ਸ਼ੇਅਰ ਕਰਾਂ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ